ते पिता तू यो मेरा, तू ही माता ते पिता तू यो मेरा, मैं पल पल वेखदा रवा शरधा राम बापू तेरा नूरी चेहरा, मैं पल पल वेखदा रवा, पास बैठ तेरे मिले संतोष जी, पास बैठ तेरे मिले संतोष जी, हिरदा हो जाए कुंदन रहे ना कोई दोष जी, हिरदा हो जाए कुंदन रहे ना कोई दोष जी, ओम ओम बोले ओम 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 बोले रोम रोम मेरा, मैं पल पल वेखदा रवा शरधा राम बापू तेरा नूरी चेहरा, मैं पल पल वेखदा रवा। ए साडी संगत दी किन्नी खुशकिस्मती है, ना डेरे नाल जुड़े हैं सच्चे ते उच्चे जुड़े डेरे नाल, जिवें तुसी दस्या तुहाडे पिता जी नूं, मतलब ऐसी शक्ति दे मालक, ऐसे जानी जान, मतलब दिल दियां तारां समझ जांदे वी किस मकसद नाल आपको आए ने। अच्छा महाराज जी साहब ने, महाराज जी एक बार पिता जी नूं कि माता जी नूं बापू शरदा राम ने कहा, बेटा जी साढ़े अंदर ना बापू जी ने एक्सरे फिट किए हुए ने, कहिंदा सानू सब पता लग जांदा है भी ये बंदा किस वजह नाल आया है ते की किस भावना नाल आया, असीं सिर तो लै पैरां दे उहदे एक्सरे हो जांदे ने, भावना दे सानू भी की इक मन च लै गया है कि सारी संगत दी। हाँ जी हाँ जी, ਉਹ ਬੜੀ ਭਜਨ ਦਿੰਦੇ ਉਹਨੇ ਲੋਲਾ 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 ਪੁੱਤਰ ਨਾਂ ਰੱਖਦਾ, ਕਿਉਂ ਰੱਖਿਆ ਲੋਲਾ ਪੁੱਤਰ? ਹਾਂਜੀ ਹਾਂਜੀ, ਅਤੇ ਉਹ ਲੋਲਾ ਪੁੱਤਰ ਨਾਂ ਰੱਖ ਦਿੱਤਾ। ਅਤੇ ਉਹ ਇੱਕ ਵਾਰੀ ਮਹਾਰਾਜ ਜੀ ਚੋਰੀ ਨਾਸ਼ ਅੰਦਰ ਬੜੀ ਕਮਾਲ ਦੀ ਗੱਲ, ਬੜੀ ਲੰਬੀ ਮੈਨੂੰ ਦੱਸਦੇ ਰਹੇ ਇੱਥੇ ਸਰਾਂ 'ਚ ਪਿਛਲੇ ਸਾਲ, ਕਹਿੰਦੇ ਦੇਖੋ ਜੀ ਕਿਸੇ ਹੋਰ ਨੂੰ ਕਿਹਾ ਹੋਵੇ ਨਾ ਤਾਂ ਉਹ ਛੁਪਾ ਲਵੇ ਇਸ ਗੱਲ ਨੂੰ ਵੀ ਲੋਲਾ ਪੁੱਤਰ ਕਿਹਾ, ਕਿਹੜੀ ਕੋਈ ਇੰਨੀ ਕੋਈ ਸੁੰਦਰ ਗੱਲ ਹੈਗੀ ਜਿਹੜੀ ਕਿ ਸਾਰਿਆਂ ਨੂੰ ਦੱਸਣ ਵਾਲੀ। ਲੇਕਿਨ ਪਿਤਾ ਜੀ ਨੇ ਸਾਰੇ ਭਜਨਾਂ 'ਚ ਉਸ ਤੋਂ ਬਾਅਦ ਜਿੰਨੇ ਭਜਨ ਲਿਖੇ ਹਰ ਇੱਕ ਦੇ ਵਿੱਚ ਆਪਦਾ ਤਖਲੁਸ ਲੋਲਾ ਪੁੱਤਰ ਲਿਖਿਆ ਕਿ ਮੇਰੇ ਬਾਪੂ ਨੇ ਮੈਨੂੰ ਨਾਮ ਦਿੱਤਾ ਹੈ, ਜੈਸਾ ਵੀ ਨਾਮ ਦਾ ਵੀ ਲੋਲਾ ਪੁੱਤਰ ਹੈਗੇ ਲੋਲੇ, ਅਸੀਂ ਸਾਨੂੰ ਕੀ ਪਤਾ ਹੈਗਾ ਦੁਨੀਆ ਦਾ। ਅਤੇ ਉਹਨਾਂ ਨੇ ਮੈਂ ਮਤਲਬ ਐਸੀ ਉਹਨਾਂ ਦੇ 'ਚ ਤਾਕਤ ਸੀਗੀ, ਅਤੇ ਮੇਰੇ ਤਾਈ ਜੀ ਵੀ ਜੀ ਰਾਜ ਰਾਣੀ ਜੀ ਉਹਨਾਂ ਦੇ ਮਨ ਦੇ 'ਚ ਅਚਾਨਕ ਆਇਆ, ਕਹਿੰਦੇ ਬਾਪੂ ਜੀ ਨੇ ਕਹਿ ਦਿੱਤਾ ਹੈ ਕੁੰਦਨ ਲਾਲ ਤੈਨੂੰ ਲੋਲਾ ਪੁੱਤਰ, ਲੇਕਿਨ ਮੈਨੂੰ ਮਜ਼ਾ ਨਹੀਂ ਆਇਆ ਗੱਲ ਦਾ। ਉਹਨਾਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਆਇਆ ਵੀ ਇਹ ਤਾਂ ਇੰਨਾ ਸਾਰੀ ਦੁਨੀਆ ਫੈਸਲੇ ਕਰਾ ਰਹੇ, ਬਿਰਾਦਰੀ ਦੇ ਇੰਨੇ ਸਮਝਦਾਰ, ਇੰਨੇ ਪੜ੍ਹੇ ਲਿਖੇ, ਅਤੇ ਲੋਲਾ ਪੁੱਤਰ ਇਹਨਾਂ ਨੂੰ ਕਹਿਤਾ। ਅਗਲੀ ਵਾਰੀ ਆਏ ਜਾਂ ਮਤਲਬ ਮਹੀਨੇ ਬਾਅਦ ਜਦੋਂ ਵੀ ਉਹਨਾਂ ਚੱਕਰ ਗਿਆ ਤਾਂ ਬੀਬੀ ਨੂੰ ਇੱਥੇ ਪਕੜ ਕੇ ਨਾ ਹੱਥ ਇਸ ਤਰ੍ਹਾਂ ਬਾਪੂ ਸ਼ਰਦਾ ਰਾਮ ਨੇ, ਕਹਿੰਦੇ ਬੀਬੀ ਰਾਜ ਤੂੰ ਦੱਸ ਅਸੀਂ ਬੇਟੇ ਕੁੰਦ ਲਾਲ ਦਾ ਨਾਮ ਲੋਲਾ ਪੁੱਤ ਕਿਉਂ ਰੱਖਿਆ? ਉਹ ਘਬਰਾ ਹੋਏ, ਉਹ ਕਹਿੰਦੇ ਅੰਤਰਯਾਮੀ ਬਾਪੂ, ਕਹਿੰਦੇ ਮਹਾਰਾਜ ਜੀ ਦੱਸੋ ਕਿਉਂ ਰੱਖਿਆ ਹੈ ਤੁਸੀਂ? ਕਹਿੰਦੇ ਉਦੋਂ ਮੈਂ ਪੁੱਛ ਲੈਂਦੀ ਹਾਂ। ਉਹ ਕਹਿੰਦੇ ਵੀ ਇਹ ਜਿਹੜਾ ਨਾ ਉਹ ਵੀ ਜੀ ਮੈਨੂੰ ਆਪ ਦੱਸਦੇ ਤਾਈ ਜੀ, ਕਹਿੰਦੇ ਵੀ ਉਹਨਾਂ ਨੇ ਕੋਈ ਬੜੇ ਮਤਲਬ ਕਿ ਸ਼ਾਇਰੀ ਦੇ ਵਿੱਚ ਨਾ ਕਵਿਤਾ ਦੇ ਵਿੱਚ, ਕਿਉਂਕਿ ਬਾਪੂ ਜੀ ਜਦੋਂ ਗੱਲ ਕਰਦੇ ਸੀ ਨਾ ਆਪਦੇ ਮੁਖਾਰਵੇਂ ਤੋਂ, ਅਤੇ ਉਹ ਇੱਧਰ ਕੈਮਰਾ ਬਾਪੂ ਜੀ ਉਹਨਾਂ ਦੇ ਬੁਖਾਰ ਵੇਨ ਤੋਂ ਜਦੋਂ ਕੋਈ ਵੀ ਇਸ ਤਰ੍ਹਾਂ ਨੋਰਮਲ ਗੱਲ ਕਰਦੇ ਸੀ ਨਾ ਕਵਿਤਾ ਦੇ ਵਿੱਚ ਗੱਲ ਕਰਦੇ, ਉਹਨਾਂ ਦੀ ਮੌਜ ਹੁੰਦੀ ਸੀ। ਫਿਰ ਉਹ ਉਹਨਾਂ ਪਿਤਾ ਜੀ ਦੀ ਤਾਰੀਫ ਦੇ ਵਿੱਚ ਕੁਛ ਨਾ ਕੁਛ ਫਰਮਾਉਂਦੇ ਗਏ, ਅਤੇ ਉਸ ਤੋਂ ਬਾਅਦ ਕਹਿੰਦੇ ਇਹ ਸਾਡੇ ਇਹ ਲੋਲੇ ਪੁੱਤਰ ਅਸੀਂ ਤਾਂ ਕਹਿੰਦੇ ਹਾਂ ਵੀ ਸਿਰ ਤੋਂ ਲੈ ਕੇ ਪੈਰਾਂ ਤੱਕ ਇਹ ਪਵਿੱਤਰ ਹੈ, ਇਹਦੇ 'ਚ ਕੋਈ ਦੋਸ਼ ਨਹੀਂ, ਕੋਈ ਖੋਟ ਨਹੀਂ, ਇਸ ਕਰਕੇ ਅਸੀਂ ਇਹਨੂੰ ਲੋਲਾ ਪੁੱਤਰ ਕਹਿੰਦੇ ਹਾਂ। ਵੀ ਦੁਨੀਆਦਾਰੀ ਦਾ ਨਹੀਂ ਹੈ ਖਿਆਲ, ਸਾਡੇ ਕੋਲ ਲੋਕ ਬੜੇ ਮੰਗਣ ਵਾਸਤੇ ਆਉਂਦੇ ਨੇ, ਜਿਹੜੇ ਵੀ ਆਉਂਦੇ ਨੇ ਇੱਥੇ, ਇਹ ਆਉਂਦਾ ਆਪਦੇ ਬੱਚਿਆਂ ਨੂੰ ਲੈ ਕੇ, ਸਾਰਿਆਂ ਨੂੰ ਲੈ ਕੇ ਇੱਥੇ ਸੇਵਾ ਕਰਕੇ ਛੁੱਟੀਆਂ ਬਿਤਾ ਚਲੇ ਜਾਂਦੇ। ਕੋਈ ਮੰਗ ਬੱਚਿਆਂ ਦਾ ਵਿਆਹ ਦਰਬਾਰ 'ਚ ਕੀਤਾ ਉਹਨੇ ਬਿਨਾ ਦੇਸ ਫੇਸ ਬਿਨਾ ਬਰਾਸ਼ਾ ਆਇਆ ਲੰਗਰ ਖਾਇਆ ਚਲੋ ਵਾਹ, ਕਿ ਆਪਣੀ ਸਾਰਿਆਂ ਦੀ ਬੜੀ ਖੁਸ਼ਕਿਸਮਤੀ ਹੈ ਕਿ ਸਾਰੀ ਸੰਗਤ ਦੀ ਸੋਹਣੀ ਤਕਦੀਰ ਹੈ, ਸਾਰੀ ਸੰਗਤ ਦੀ ਸੋਹਣੀ ਤਕਦੀਰ ਹੈ, ਗੁਰੂ ਪਾਇਆ ਐਸਾ ਪੀਰਾਂ ਦਾ ਜੋ ਪੀਰ ਹੈ, ਵਿਧਾਤਾ ਸਵਾਮੀ ਲਿਖ ਸਜਾਇਆ ਮਸਤਕ ਤੇਰਾ,
विधाता स्वामी लिख सजाया मस्तक तेरा मैं पल पल वेख धारवा श्रद्धा राम बापू तेरा नूरी चेहरा मैं पल पल वेख धारवा वेला आखरी आवे जदो मेरा जी बुध प्रकाश पावे सुंदर दर्शन तेरा जी तेरे चरणा विच होवे जी वसेरा मैं पल पल वेखदा रवां मैं पल पल वेखदा रवां ओम बापू शरदा राम जी महाराज आपकी सदा।